ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਦੀਆਂ ਅਸਥੀਆਂ ਕੱਲ ਪੰਜਾਬ ਪਹੁੰਚੀਆਂ, ਜਿੱਥੇ ਉਹਨਾਂ ਨੂੰ ਪੰਜਾਬ ਵਾਸੀਆਂ ਅਤੇ ਭਾਜਪਾ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਅਨੇਕਾਂ ਆਗੂਆਂ ਵੱਲੋਂ ਅੰਤਿਮ ਯਾਤਰਾ ਕੱਢੀ ਗਈ। ਉਪਰੰਤ ਰਾਵੀ ਤੇ ਬਿਆਸ ਦਰਿਆ ਵਿੱਚ ਵਾਜਪੇਈ ਜੀ ਦੀਆਂ ਅਸਥੀਆਂ ਵਿਲੀਨ ਕੀਤੀਆਂ ਗਈਆਂ। ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜੋ ਪਾਵਨ ਸਰੂਪ ਹੈ ਅਸਥੀ ਕਲਸ਼, ਅੱਜ ਮੈਂ ਭਾਵਨਾ ਵਿਅਕਤ ਨਹੀਂ ਕਰ ਪਾ ਰਿਹਾ ਕਿ ਉਹ ਵਿਅਕਤਿਤਵ ਜਿਨ੍ਹਾਂ ਨੂੰ ਦੇਖ ਕੇ ਕੰਮ ਕਰਦੇ, ਜਿਨ੍ਹਾਂ ਦਾ ਜੀਵਨ ਦੇਖ ਕੇ, ਜਿਨ੍ਹਾਂ ਦੀ ਸੈਕਰੀਫਾਈਸਿਸ ਦੇਖ ਕੇ ਅੱਜ ਅਸੀਂ ਬਚਪਨ ਤੋਂ ਅੱਜ ਇੱਥੋਂ ਤੱਕ ਪਹੁੰਚੇ ਹਾਂ। ਅੱਜ ਉਹਨਾਂ ਦੀ ਇਸ ਅੰਤਿਮ ਯਾਤਰਾ 'ਚ ਅਸਥੀ ਕਲਸ਼ ਲੈ ਕੇ ਗੁਰੂ ਨਗਰੀ ਸ਼੍ਰੀ ਰਾਮਦਾਸ ਜੀ ਦੀ ਵਸਾਈ ਹੋਈ ਸ਼੍ਰੀ ਅੰਮ੍ਰਿਤਸਰ ਸਾਹਿਬ ਅਸੀਂ ਪਹੁੰਚੇ ਹਾਂ। ਮੇਰੇ ਨਾਲ ਆਦਰਨੀਏ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਉਹਨਾਂ ਦੇ ਨਾਲ ਸ਼੍ਰੀ ਵਿਜੇ ਸਾਪਲਾ ਜੀ ਔਰ ਸ਼੍ਰੀ ਤਰੁਣ ਚੁੱਗ ਜੀ, ਔਰ ਇਸ ਅਸਥੀ ਕਲਸ਼ 'ਤੇ ਹੁਣ ਅਸੀਂ ਬਿਆਸ ਜੋ ਦਰਿਆ ਹੈ ਉੱਥੇ ਰਾਧਾ ਸਵਾਮੀ ਸਤਸੰਗ ਡੇਰੇ 'ਚ ਪ੍ਰਵਾਹਿਤ ਕਰਾਂਗੇ, ਔਰ ਇਸ ਤੋਂ ਬਾਅਦ ਇੱਕ ਅਸਥੀ ਕਲਸ਼ ਪਠਾਨਕੋਟ 'ਚ ਰਾਵੀ ਦਰਿਆ 'ਚ ਵੀ ਪ੍ਰਵਾਹਿਤ ਕੀਤਾ ਜਾਏਗਾ, ਔਰ ਇੱਕ ਅਸਥੀ ਕਲਸ਼ ਸ਼੍ਰੀ ਸੰਜੇ ਟੰਡਨ ਜੋ ਚੰਡੀਗੜ੍ਹ ਭਾਜਪਾ ਦੇ ਪ੍ਰਦੇਸ਼ ਅਧਿਅਕਸ਼ ਨੇ, ਉਹ ਕੀਰਤਪੁਰ ਸਾਹਿਬ ਵਿਖੇ ਸਤਲੁਜ 'ਚ ਪ੍ਰਵਾਹਿਤ ਕਰਨਗੇ।